ਇਹ ਜੀ ਸਾਡੇ ਵੀਰ ਦੇ ਨਾਲ ਇਹ ਜਨਾਬ ਜਾਨਵਰ ਨੂੰ ਬਹੁਤ ਅੱਛਾ ਜਾਨਵਰ ਜੀ ਮੈਂ ਪਹਿਲੇ ਵੀਡੀਓ ਪਾਈ ਸੀ ਉਸਾਮਾ ਬਾਈ ਇਲਾਕਾ ਕਿਹੜਾ ਵਾਹ ਜੀ ਕਮਾਲ ਜਾਨਵਰ ਯਾਰ ਆਪਣਾ ਕੀ ਨਾਮ ਆ ਸਰ ਜਵੇਦ ਇਹ ਨਾ ਆਖੀ ਗਈ ਯਾਰ ਤੂੰ ਅੱਛਾ ਇਹਦਾ ਨਾਮ ਜੋਗੀ ਜੋਗੀ ਕਿਹੜੇ ਕੁੱਤਿਆਂ ਚੋਂ ਜੀ ਬਤੂਨਿਆਂ ਚੋਂ ਵਾਹ ਜੀ ਵਾਹ ਕਿੰਨਾ ਕੱਦ ਹੋਏ ਤਕਰੀਬਨ 32 ਲੱਗਣ ਦਿਆ ਲਾ ਲਓ ਥੋੜਾ ਜਿਹਾ ਐਕਟਿਵ ਹੋਇਆ ਯਾਰ ਅੱਛਾ ਉਮਰ ਕਿੰਨੀ ਹੋ ਗਈ ਜੀ ਇਹ ਉਹ ਜਲਾਲਪੁਰ ਤੋਂ ਆਇਆ ਸੀ ਨਾ ਚਕਵਾਲ ਤੋਂ ਚਕਵਾਲ ਨਹੀਂ ਇਹ ਬੱਚਾ ਜਿੱਥੇ ਸੀ ਉਧਰ ਹੀ ਨਹੀਂ ਆਇਆ ਜਲਾਲਪੁਰ ਬਾਬਲਪੁਰ ਵੱਲੋਂ ਅੱਛਾ ਇਹ ਕਿੰਨੀ ਦਫਾ ਲੜਿਆ ਜੀ ਚੌਥਾ ਮੈਚ ਤਿੰਨ ਮੈਚ ਵਿਨਰ ਸਰਦਾਰ ਸਾਹਿਬ ਵਾਲੇ ਕਮਾਂਡੋ ਨਾਲ ਚਾਰ ਮੈਚ ਪਹਿਲੇ ਜੀ ਅੱਜ ਪੰਜਵਾਂ ਮੈਚ ਜੀ ਅੱਜ ਕਮਾਂਡੋ ਨਾਲ ਜਨਾਬ ਬੇਬੇ ਇਹ ਜਗ੍ਹਾ ਸਹੀ ਹੈ ਉਹ ਇੱਥੇ ਸਹੀ ਹੈ ਅੱਛਾ ਠੀਕ ਹੈ ਇੱਕ ਤੇ ਸ਼ਾਮ ਹੀ ਹੈ ਜੀ ਸਰਦਾਰ ਠਾਕਰ ਹੋਰ ਕਮਾਂਡੋ ਹੋਰ ਠਾਕਰ ਤੇ ਆਪਣੇ ਭਾਈ ਸਾਕੋ ਭਰਾ ਦੇ ਨਾ ਰਾਜਣ ਵਾਲੇ ਕਮਾਲ ਜੀ ਜਾਨਵਰ ਪਸੰਦ ਆਵੇ ਤੇ ਕਮੈਂਟ ਚ ਜ਼ਰੂਰ ਜਨਾਬ ਦੱਸੋ ਕਿ ਅੱਜ ਹੀ ਸ਼ੇਰ ਰਹਿਮਾਨ ਸਾਹਿਬ ਦਾ ਸ਼ੋਅ ਸ਼ਕਾਰ ਕੈਸਾ ਜੀ ਤੇ ਛੋਟੀ ਜਿਹੀ ਰਿਕੁਐਸਟ ਵੀ ਹੁੰਦੀ ਹੈ ਹਰ ਵੀਡੀਓ 'ਚ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਨੋਟੀਫਿਕੇਸ਼ਨ ਦੀ ਸੂਰਤ 'ਚ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਚੈਨਲ ਮੇਰਾ ਡੋਗਸ TV ਸੀ ਪਹਿਲੇ ਤੇ ਹੁਣ ਉਹਦੇ 'ਤੇ ਵੀਡੀਓ ਅਪਲੋਡ ਨਹੀਂ ਹੋ ਰਹੀ ਹੁਣ ਸਿਆਲ ਡੇਲੀ ਵਲੌਗ 'ਤੇ ਯੂਟਿਊਬ 'ਤੇ ਸਿਆਲ ਡੇਲੀ ਵਲੌਗ ਲਿਖੋਗੇ ਤਾਂ ਅੱਗੇ ਚੈਨਲ ਆ ਜਾਏਗਾ ਚੌਧਰੀ ਤਨਵੀਰ ਆਉਂਦਾ ਲੇਟ ਪਹੁੰਚਾਣਿਆ ਨਾ ਵਾਹ ਨਾ ਕੀ ਇਹਦਾ ਜੋਗੀ ਜੀ ਕਮਾਲ ਦਾ ਜਾਨਵਰ ਹੈ ਜੀ ਕੀ ਬਾਤ ਆਊਟਸਟੈਂਡਿੰਗ ਜਾਨਵਰ ਜੀ ਵਾਹ ਜਾਨਵਰ ਪਸੰਦ ਆਵੇ ਸ਼ੌਕ ਸ਼ਿਕਾਰ ਹਾਜੀ ਸਾਹਿਬ ਦਾ ਪਸੰਦ ਆਵੇ ਜਨਾਬ ਮੂੰਹ ਇੱਧਰ ਕਰਾਇਆ ਜੀ ਉਹਨਾਂ ਇੱਥੇ ਬਸ ਅੱਜ ਫਿਰ ਗਾਂਧੀ ਜੀ ਸਰਦਾਰ ਇਮਰਾਨ ਸਾਹਿਬ ਵਾਲੇ ਕੀ ਨਾਮ ਉਹਦਾ ਕਮਾਂਡੋ ਨਾ ਉਹਨਾਂ ਦੇ ਵੀ ਜਾਤੀ ਹੈ ਜਾਤੀ ਹਾਜੀ ਸ਼ੇਰ ਜਮਾਨ ਸਾਹਿਬ ਚਕਵਾਲ ਤੋਂ ਫਖਰੇ ਚਕਵਾਲ ਫਖਰੇ ਪਾਕਿਸਤਾਨ ਅੱਛੇ ਸ਼ਿਕਾਰੀ ਮਾਇਆ ਨਾ ਸ਼ਿਕਾਰੀ ਇੱਕ ਸ਼ਿਕਾਰ ਦਾ ਬ੍ਰਾਂਡ ਹੈ ਜੀ ਵਾਹ ਜੀ ਵਾਹ ਜਾਤੀ ਕੁੱਤਾ ਜੀ ਹਾਜੀ ਸ਼ੇਰ ਜਮਾਨ ਸਾਹਿਬ ਦਾ ਜੀ ਹਾਜੀ ਸਾਹਿਬ ਦਾ ਸ਼ੌਕ ਸ਼ਿਕਾਰ ਜਨਾਬ ਦੇਖੋ ਤੁਹਾਨੂੰ ਮਜ਼ਾ ਆਏਗਾ ਜੀ ਲਓ ਚੱਕਰ ਜੋਗੀ ਚਾਰ ਮੈਚ ਵਿਨਰ ਵਾਹ ਸ਼ੇਰ ਜਮਾਨ ਸਾਹਿਬ ਆਊਟ ਮਾਲਕ ਨੇ ਗਰੁੱਪ ਦੇ ਮਾਲਕ ਨੇ ਹਾਜੀ ਸ਼ੇਰ ਜਮਾਨ ਸਾਹਿਬ ਆਫ ਚਕਵਾਲ ਮੈਂ ਜ਼ਾਤੀ ਮਲਕੀਤੀ ਜਾਨਵਰ ਪਾਕ ਪੰਜਾਬ ਗਰੁੱਪ 32 ਪਾਕ ਪੰਜਾਬ ਗਰੁੱਪ ਇੱਕ ਮਿੰਟ ਬਾਅਦ ਫੋਟੋ ਲੈਣੀ ਬਸ
ਕਿਹੜੀ ਜਗ੍ਹਾ ਤੋਂ ਆਇਓ? ਗੱਗੋ ਮੰਡੀ ਤੋਂ ਜੀ। ਕਮਾਲ ਦਾ ਜਾਨਵਰ ਜੀ, ਖੂਬਸੂਰਤ ਤਰੀਨ ਜਾਨਵਰ ਜੀ। ਇਹ ਗੁਲਟਾਇਰ ਮਿਕਸ ਤਾਂ ਨਹੀਂ ਹੈ, ਪਿਓਰ ਬੁਲੀ ਹੈ। ਵਾਹ ਜੀ ਵਾਹ, ਕਿਆ ਬਾਤ ਹੈ ਜੀ। ਲਓ ਜੀ, ਜਾਨਵਰ ਪਸੰਦ ਆਵੇ ਗੱਗੋ ਮੰਡੀ ਵਾਲਿਆਂ ਦਾ ਅਤੇ ਕਮੈਂਟ ਜ਼ਰੂਰ ਦਿਓ ਜੀ ਕਿ ਇਹਨਾਂ ਦਾ ਸ਼ੌਕ ਸ਼ਿਕਾਰ ਕੈਸਾ ਜੀ। ਨਾਂ ਇਹਦਾ ਜ਼ਕੂਟਾ ਮਾਈਕਲ ਮਾਈਕਲ ਨਾਂ ਜੀ। ਇਹ ਨਾਂ ਤੁਸੀਂ ਰੱਖਿਆ ਪੱਕਾ ਕੋਈ ਨਹੀਂ ਲੱਗਦਾ ਜੇ ਜ਼ਕੂਟਾ ਹੀ ਹੈ ਨਾ। ਤੁਹਾਡਾ ਕੀ ਨਾਂ ਹੈ ਆਪਣਾ ਵੀ ਦੱਸੋ? ਅਬਦੁਲ ਸਲਾਮ। ਤੁਹਾਡਾ ਸਰ? ਤਾਰਾ ਗੁੱਜਰ ਸਾਹਿਬ। ਸਰਫਰਾਜ਼ ਗੁੱਜਰ ਸਾਹਿਬ ਤੁਹਾਡਾ ਜੀ? ਵਾਹ ਜੀ ਵਾਹ, ਡੋਗਰ ਸਾਹਿਬ ਸ਼ੌਕ ਸ਼ਿਕਾਰ ਦੇ ਅੰਡੇ। ਅਤੇ ਕਿਹੜੇ ਗਰੁੱਪ ਨੂੰ ਲੜਾਉਂਦੇ ਹੋ? ਸਦਾ ਬਹਾਰ ਇੰਟਰਨੈਸ਼ਨਲ ਗਰੁੱਪ। ਵੈਸੇ ਦੀਨੇ ਗਰੁੱਪ ਵੱਲੋਂ? ਪਾਕ ਦੀਨਾ ਗਰੁੱਪ ਵੱਲੋਂ ਆਇਆ ਜੀ, ਸਦਾਕਤ ਗੁੱਜਰ ਸਾਹਿਬ ਦੀ ਮਾਰਫਤ ਜੀ। ਬੜੇ ਅੱਛੇ ਇਨਸਾਨ, ਬੜੇ ਅੱਛੇ ਸ਼ਿਕਾਰੀ ਜੀ ਭਰਾ ਸਾਡੇ। ਅਤੇ ਜਾਨਵਰ ਵੀ ਬੜਾ ਕੁਆਲਿਟੀਆਂ ਦਾ, ਛੋਟਾ ਹੈ ਲੇਕਿਨ ਨਸਲ 'ਚ ਪੂਰਾ। ਇਹ ਕਿੰਨਾ ਕਰਦੇ ਦਾ? ਤਕਰੀਬਨ ਹੈ 30 ਪੱਕਾ ਜੀ। ਗੇਮ ਦੀ ਗੱਲ ਹੈ, ਗੇਮ ਹੋਣੀ ਚਾਹੀਦੀ ਹੈ। 30 ਕੁੱਤਾ ਹੋਵੇ ਇਸ ਵੇਟ ਬਾਡੀ ਦਾ ਅਤੇ ਗੇਮ ਚੰਗੀ ਹੋਵੇ, ਗੇਮ ਹੀ ਹੁੰਦੀ ਸਾਰੀ ਚੀਜ਼। ਬੀਤਲ ਵੀ ਤਾਂ ਇੰਨੀ ਸੀ, ਬਾਲਮ ਵੀ ਇੰਨੀ ਸੀ, ਜ਼ਿਆਦਾ ਨਹੀਂ ਸਨ ਜੀ। ਨਹੀਂ, ਤਰੀਓਂ ਬਾਹਰ ਨਹੀਂ ਸਨ ਭਾਈ ਜੀ, ਤਰੀ ਅੰਦਰ ਸਨ, ਤਰੀਓਂ ਅੰਦਰ ਸਨ, ਬਾਹਰ ਨਹੀਂ ਸਨ ਆਏ। ਅਸਾਂ ਕਿੱਥਾਂ ਨਾਪੀਆਂ, ਤੁਹਾਡੇ ਕੋਲ ਤਾਂ ਰਿਹਾ, ਹੁਣ ਵੀ ਤੁਹਾਡੇ ਕੋਲ ਹੀ ਹੈ ਨਾ ਬੀਤਲ, ਹੁਣ ਵੀ ਤੁਹਾਡੇ ਕੋਲ ਹੀ ਖੜ੍ਹੇ ਆ। ਵਾਹ ਜੀ ਵਾਹ, ਗੱਗੋ ਮੰਡੀ ਵਾਲਿਆਂ ਦਾ ਸ਼ੌਕ ਸ਼ਿਕਾਰ ਜੀ, ਦਿਲ ਖੁਸ਼ ਹੋ ਗਿਆ ਜੀ ਜਾਨਵਰ ਦੇਖ ਕੇ। ਸਪੀਡਰ ਲੜਾਈ ਹੈ, ਸਪੀਡ ਵਾਲੀ। ਅੱਛਾ, ਬਸ ਇਹ ਘੱਟ ਹੈ ਫਿਰ, ਤੁਹਾਨੂੰ ਪਤਾ ਹੀ ਮੈਂ ਤੀਰੇ ਤਰੀਜਾ ਮੈਂ ਛੜਾ। ਅੱਛਾ 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 ਅੱਛਾ, ਵਾਹ ਜੀ ਵਾਹ, ਖੁਸ਼ੀ ਲੱਗਦਾ ਮੈਚ। ਵਾਹ ਜੀ ਵਾਹ, ਜਿਹੜਾ ਮੈਚ ਵਿਨ ਕੀਤਾ ਸੀ ਕਿਹੜੇ ਗਰੁੱਪ ਦੇ ਖਿਲਾਫ? ਜਨਾਬ ਅੱਛਾ, ਚਾਈਨਾ ਗਰੁੱਪਾਂ ਵਾਲੀ ਪਿਛਲੇ ਸਾਲ। ਵਾਹ, ਤੇ ਇਹ ਬਲੱਡ ਲੈਣ ਕਿਹੜੀ? ਅੱਛਾ ਅੱਛਾ ਅੱਛਾ, ਡੱਬਾ ਰੱਤਾ ਡੱਬਾ। ਤੇ ਇਹ ਜਿਹੜਾ ਜੇ ਕਿਹੜੇ ਕੁੱਤਿਆਂ ਜੋ ਪਤਾ ਤੁਹਾਨੂੰ? ਕਮਾਲ ਜਾਨਵਰ ਹੈ ਜੀ। ਉਮਰ ਸ਼ੁਭਰ ਕਿੰਨੀ ਹੋਏਗੀ? 3 ਸਾਲ ਦਾ। ਵਾਹ, ਕਮਾਲ ਜਾਨਵਰ, ਦੇਖੋ ਜੀ ਪਸੰਦ ਆਵੇਗਾ ਜ਼ਰੂਰ ਸ਼ਿਕਾਰੀ ਭਰਾਵਾਂ ਦੇ। ਚੌਧਰੀ ਬਸ਼ਾਰਤ ਸਾਹਿਬ ਜੀ, ਇੱਧਰ ਵੀ ਮੂੰਹ ਕਰੋ। ਚੌਧਰੀ ਬਸ਼ਾਰਤ ਸਾਹਿਬ ਜੀ, ਆਫ ਵੜੈਚ ਜੀ, ਤੇ ਪਿੱਛੇ ਜਨਾਬ ਫੈਸਲ ਪ੍ਰਦੇਸੀ ਸਾਹਿਬ ਜੀ, ਪ੍ਰਦੇਸੀ ਟੀਵੀ ਦੇ ਨਾਂ ਤੇ ਚੈਨਲ ਹੈ ਜੀ, ਚੈਨਲ ਨੂੰ ਸਬਸਕ੍ਰਾਈਬ ਕਰੋ। ਕਮਾਲ ਹੈ। ਤੇ ਇਹ ਬੱਚਾ ਪਾਲਿਆ ਸਾ ਜਾਂ ਇਹ ਵੱਡਾ ਲਿਆ? ਪੱਠਾ ਕਿਹੜੇ ਇਲਾਕੇ ਤੋਂ ਕੱਢਿਆ ਜੇ? ਵਾਹ ਵਾਹ, ਅੱਗੋ ਅੰਜ ਆ ਜਾ ਇੱਥੇ, ਸੋਹਣਾ ਜਾਨਵਰ ਹੈ। ਵਾਹ, ਤਬੀਅਤ ਖੁਸ਼ ਹੋ ਗਈ ਜਾਨਵਰ ਦੇਖ ਕੇ ਜੀ। ਸਾਰੇ ਜਾਨਵਰ ਬੜੇ ਵੇਖੇ ਨੇ ਦੇਖਣ, ਆਪਣੀ ਲੁੱਕ ਜਾਨਵਰ ਜੀ, ਕਮਾਲ ਹੈ। ਕਮਰਸ਼ਾਰੀ ਆਲ ਮੁਕੀਮ ਅਮੈਰੀਕਾ। ਵਾਹ ਜੀ ਵਾਹ,
ਨਮਕ ਬੜਾ ਤੇਜ਼ ਪਾ ਛੱਡਿਆ ਨੇ ਪਕੌੜੇ ਚ ਹੈ ਨਾ, ਮਜ਼ਾ ਆ ਗਿਆ ਜੀ ਜਾਨਵਰ ਦਾ ਆਊਟਸਟੈਂਡਿੰਗ। ਮੈਂ ਕਹਿੰਦਾ ਜੀ ਛੱਡ ਗੱਲਾਂ ਦੀ। ਲਓ ਜੀ ਕਲੋਜ਼ ਕਰਕੇ ਮੂੰਹ ਹਾਰ ਰਿਹਾ, ਦੇਖੋ ਜੀ ਖੂਬਸੂਰਤੀ ਜਾਨਵਰ ਦੀ, ਜਾਨਵਰ ਦਾ ਮੂੰਹ ਦੇਖੋ ਜਨਾਬ, ਵਾਹ ਵਾਹ ਪਿਆਰਾ ਜਾਨਵਰ। अस्सलाम वालेकुम अंकल, मुझे उम्मीद है कि आप लोग बिल्कुल ठीक होंगे। हमारे वीडियो को लाइक करें, सब्सक्राइब करें, बेल की घंटी को क्लिक करें, बहुत बहुत शुक्रिया। आप हमारे वीडियो को देखते हैं पर लाइक एंड सब्सक्राइब नहीं करते, तो हमारे वीडियो को लाइक एंड सब्सक्राइब करें, बहुत बहुत शुक्रिया।